وهو هو وهو هو وهو هو باني نرنكار ਸਤਿਗੁਰੂ ਗੱਦੀ ਤੇ ਬਿਰਾਜਮਾਨ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਜੀ। ਸਤਿਗੁਰੂ ਜੀਓ ਖਾਲਸਾ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਤੀਸਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸੁਮੇਲ ਜਪੀ ਸਾਹਿਬ ਜੀ ਦੇ ਭੋਗ ਪਾਏ ਗਏ ਹਨ ਜੀ। ਅਨਾਸਰੀ ਮਹੱਲਾ ਪੰਜਵਾ ਘਰ ਬਾਰਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵਹ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵਹ ਗੋਪਾਲ ਰਾਏ ਰਹਾਉ ਵਡੈ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਹੈ ਉਥੈ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘੜ ਘੜ ਸ਼ਬਦ ਸੋ ਭਾਖੇ ਗੁਰ ਕੈ ਚਰਨ ਉਪਰ ਬਲ ਜਾਈ ਦਿਨਸ ਰੈਣ ਸਾਸ ਸਾਸ ਸੁਮਾਲੀ ਪੂਰਨ ਸਭਨੀ ਥਾਈ ਰਹਾਉ ਆਪ ਸਹਾਈ ਹੋਵਾ ਸੱਚੇ ਦਾ ਸੱਚਾ ਕੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸ਼ਰਣਾਈ ਤੇਰੀ ਭਗਤ ਵਡਿਆਈ ਪਾਈ ਵਾਹਿਗੁਰੂ ਜੀ ਕਾ ਖਾਲਸਾ ਸਹਿ ਸੰਤੋਖ ਸਿੰਘਾਰੀਆ ਮਿੱਠਾ ਬੋਲਣੀ ਪਿਰਰੀ ਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੇ ਕੇਤੀਆ ਤੇਰੀ ਕੁਦਰਤੀ ਕੇਵਟ ਤੇਰੀ ਦਾਤ ਕੇਤੇ ਤੇਰੇ ਜੀ ਜਲ ਸਿਫਤ ਕਰੇ ਦਿਨ ਰਾਤ ਕੇਤੇ ਤੇਰੀ ਰੂਪ ਰੰਗ ਕੇਤੇ ਜਾਤ ਹੈ ਜਾਤ ਸੱਚ ਮਿਲੇ ਸੱਚ ਹੀ ਉਪਜੈ ਸੱਚ ਮੈਂ ਸਾਚ ਸਮਾਏ ਸੁਰ ਤੋਂ ਇਪਾ ਤੋਂ ਕੋਈ ਗੁਰਬਤੀ ਕੋ ਕਾਇਨਾ ਨੂੰ ਸੱਚਾ ਪਾਤ ਹੋ ਆਪੇ ਲੇਖ ਲਾ ਸ਼ਿਰਕ ਮਹਲਾ ਪਹਿਲਾ ਹਰੀ ਸਰੀ ਜੇ ਉਭਰੀ ਹਉ ਮੈਂ ਬੁਰੀ ਕਰਾਹ ਤੁਤ ਲਗੇ ਫਿਰ ਚਾਕਰੀ ਸਤਿਗੁਰ ਕਾਵੇ ਸਾਹੋ ਕਲਪ ਤੇ ਆ ਗਏ ਬਾਤ ਹੈ ਸਚਾਵੇ ਪ੍ਰਭਾਵ ਮਾਰੇ ਸੱਚ ਲਿਖੋ ਜਾਏ ਪਰ ਮੇਰੇ ਪੱਗ ਕੀ ਆ ਕਿ ਮੈਂ ਸਭ ਸਮਾਏ ਰਹਾ ਤਾ ਆਖੜੇ ਆ ਕੀ ਆ ਕਿ ਤੋ ਨਾ ਹੋਏ ਮਗਨ ਵਾਲੇ ਕਿਤਰ ਦਾਤਾ ਇੱਕੋ ਸੋ ਜੇ ਕਿ ਜੀ ਪ੍ਰਾਣਾ ਮਨ ਸਤ ਸੋ ਕੋਏ ਜਾ ਸੁਖਨਾ ਬਾਜੀ ਬਣੀ ਖਿਰ ਮੈਂ ਖਿਰ ਖਿਲਾ ਸੰਜੋ ਕੀ ਮਿਲੇ ਸੇਵੇ ਜੋਗੀ ਉੱਠ ਜਾਏ ਜੋ ਤੇ ਪਹਾੜ ਤੋਂ ਤੇ ਉਹਨਾਂ ਕਰਨਾ ਜਾਏ ਗੁਰਮੁਖ ਵਸਤਵ ਸਾਹੀ ਹੈ ਸੱਚ ਵਖਰ ਸੱਚ ਰਾਸ ਜਿਨੀ ਸੱਚ ਵਣਜਿਆ ਗੁਰ ਪੂਰੇ ਸਾਵਾਸ ਨਾਨਕ ਵਸਤ ਪਛਾਣ ਸੀ ਸਾਸ ਉਹਨਾਂ ਦੇ ਪਾਸ ਸਿਰਾ ਮਹਲਾ ਪਹਿਲਾ ਸਾਤ ਮਿਲੇ ਫੁਰ ਤਾਤ ਕਹੋ ਸਿਫਤੀ ਸਿਫਤ ਸਮੈ ਆਏ ਲਾਲ ਗੁਲਾਲ ਕਹਿ ਬੁਰਾ ਸੱਚਾ ਰੰਗ ਚੜਾਓ ਸੱਚ ਮਿਲੇ ਸੰਤੋਖੀ ਹੱਦ ਬਿਕੇ ਪਾਏ ਆਈ ਰੇ ਸਮਝਣਾ ਕੀ ਰੇਣਾ ਸਭ ਸਬਕ ਰੁਪਾਈ ਮੁਕਤਾ ਤੇ ਰਹਾ ਉੱਚੋ ਥਾਂ ਸਾਵਣਾ ਉੱਪਰ ਮੈਂ ਮਰਾਰ ਸਕਣੀ ਦੇ ਪਾਈ ਹੈ ਤਖਰ ਮੈਂ ਪਿਆਰ ਗੁਰਮਾਮਾ ਸਮਝਾਈ ਹੈ ਆਤਮ ਰਾਮ ਵਿਚਾਰ ਰਹਿ ਗੁਰ ਕਰਮ ਕਮਾਈ ਆਸ ਦਿਸਾ ਹੋਏ
ਕਿਉਂ ਗੁਰਬੰਦ ਨੇ ਕੁੱਟੀ ਛੁੱਟ ਸੀ ਸਾਹਿਬ ਲਿਆ ਸੁਪਰੇ ਨਿਕਲ ਨਾਲ ਪਛਾਣ ਲਿਆ ਅੰਦਰ ਤੇਰੇ ਮਨ ਤੋਂ ਆਏ ਬਿੰਦ ਗੁਰੂ ਮਹਿਲ ਹੱਥ ਬਿਨਾਂ ਠੋਕਰ ਵਾਸ ਆਏ ਕੁਛ ਵਿਚਾਰੀ ਆਏ ਆਸ ਨਾਨਕ ਦੇਖ ਦਿਖਾਈ ਅਸਲ ਬੁਲਾ ਰਹੇ ਜਾਸ ਸ੍ਰੀ ਰਾਗ ਮਹਲਾ ਪਹਿਲਾ ਇੱਕ ਜੀਵ ਤੋਂ ਹੱਗ ਨਹੀਂ ਮੁੱਠੀ ਦੂਜੇ ਪਾਏ ਕਲਰ ਕੇਰੀ ਕੰਮ ਸੁਣਾ ਕਿੱਡਾ ਪਾਏ ਪ੍ਰਸੰਗ ਸੁਣਾਉਂਦੀ ਹੈ ਫਿਰ ਦੂਰ ਜਾਏ ਦੇ ਫਿਰ ਬਿਨ ਕਿਆ ਸ਼ਿੰਗਾਰ ਦਰ ਕਰ ਟੋਏ ਨਾ ਲੈ ਦਰਗਹਿ ਝੂਠ ਖੁਆਰ ਰਹਾਓ ਆਪ ਸੁਜਾਣ ਪ੍ਰੋਗਰਾਮ ਸ਼ੁਰੂ ਕਰਨ ਲੱਗੀ ਹੈ ਸੋ